ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪਿੰਡ ਪਾਸਲਾ ਦੀ ਪੰਚਾਇਤ ਵੱਲੋਂ ਦੀਵਾਲੀ ਦੇ ਤਿਉਹਾਰ 'ਤੇ ਸਮੂਹ ਨਗਰ ਨਿਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਸਰਪੰਚ ਰਣਜੀਤ ਸਿੰਘ ਜੋਹਲ, ਕਸ਼ਮੀਰ ਸਿੰਘ ਰਾਣਾ ਜੀਵਨ ਦਾ, ਸਾਬਕਾ ਸਰਪੰਚ ਡਾਕਟਰ ਚਮਕੌਰ ਸਿੰਘ, ਜਸਵੰਤ ਲਾਲ ਪੰਚ, ਰਾਮ ਸ਼ਰਨ ਦਾਸ, ਤੀਰਥ ਕੌਰ, ਜਸਵਿੰਦਰ ਕੌਰ, ਦਲਵੀਰ ਕੌਰ, ਪ੍ਰਦੀਪ, ਬਲਕਾਰ, ਸੁਖਵਿੰਦਰ ਸਿੰਘ, ਜਿੰਦੂ, ਬਿੰਦਰ, ਕਮਲਾ ਆਦਿ ਮੌਜੂਦ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਪੰਚ ਰਣਜੀਤ ਸਿੰਘ ਪਿੰਡ ਪਾਸਲਾ ਦੇ ਆਪਣੇ ਸਮੂਹ ਨਗਰ ਨਿਵਾਸੀਆਂ ਵੱਲੋਂ ਦੀਵਾਲੀ 'ਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੇ ਜਨਮ ਦਿਨ 'ਤੇ ਸਮੂਹ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਬਾਕੀ ਦੀਵਾਲੀ 'ਤੇ ਪਰਹੇਜ਼ ਕਰਨਾ ਚਾਹੀਦਾ ਪਟਾਕਿਆਂ ਤੋਂ ਜੀ। ਆਪਣੇ ਘਰ ਬੈਠ ਕੇ ਘਰ ਚੀਜ਼ਾਂ ਬਣਵਾ ਕੇ ਖਾਣੀਆਂ ਚਾਹੀਦੀਆਂ, ਬਾਜ਼ਾਰੋਂ ਮਠਿਆਈ ਨਹੀਂ ਲੈਣੀ ਚਾਹੀਦੀ। ਉਹਦੇ ਵਿੱਚ ਵੀ ਅੱਜ ਕੱਲ੍ਹ ਕਾਫੀ ਮਿਲਾਵਟ ਆ ਰਹੀ ਆ। ਅਸੀਂ ਤਾਂ ਇਲਾਕੇ ਦੀਆਂ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਆਪਣੇ ਘਰ ਸੌਦਾ ਲਿਆ ਕੇ ਉਹਦੀਆਂ ਆਪਣੇ ਘਰ ਚੀਜ਼ਾਂ ਬਣਾ ਕੇ ਉਹ ਖਾਣੀਆਂ ਚਾਹੀਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੀਰਥ ਕੌਰ ਪਿੰਡ ਪਾਸਲਾ ਤੋਂ, ਆਪਣੇ ਸਾਰੇ ਪਿੰਡ ਪਾਸਲਾ ਵੱਲੋਂ, ਨਗਰ ਪੰਚਾਇਤ ਵੱਲੋਂ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ। ਨਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੇ ਦਿਵਸ ਦੀਆਂ ਸਾਰੀ ਸੰਗਤ ਵੱਲੋਂ ਲੱਖ ਲੱਖ ਵਧਾਈਆਂ ਦਿੰਦੀ ਹਾਂ।